ਸੈਂਡ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਰੁੜਕਾ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 25 ਸਾਲ ਦੇ ਨੌਜਵਾਨ ਨੇ ਇੱਕ 10 ਸਾਲ ਦੇ ਛੋਟੇ ਮਾਸੂਮ ਬੱਚੇ ਨਾਲ ਕੀਤੀ ਗਈ ਹੈ ਬੇਦਖਲੀ। ਬੱਚੇ ਕੀ ਨਾਮ ਹੈ ਤੁਹਾਡਾ? ਸੰਤੋਸ਼। ਕੀ ਹੋਇਆ? ਉਹ ਨਾ ਮੈਨੂੰ ਕੱਲ ਤੇਰਾ ਇੱਕ ਰੈਡਡ ਪ੍ਰੋਜੈਕਟ ਲਿਆ ਦੇ, ਮੈਂ ਲੈਣ ਚਲੇ ਗਿਆ। ਉਹ ਨਾ ਉਹ ਆਪਣੇ ਘਰੇ ਚਲੇ ਗਿਆ, ਮੈਨੂੰ ਘਰੇ ਦੇਣ ਚਲੇ ਗਿਆ। ਉਹ ਕਰਦਾ ਬਾਅਦ 'ਚ ਮੈਨੂੰ ਕਹਿੰਦਾ ਮੁਰਗੀ ਅੰਦਰ ਤੜਵਾ ਦੇ। ਉਹਨਾਂ ਨੇ ਮੈਨੂੰ ਕਮਰੇ 'ਚ ਬੰਦ ਕਰਕੇ ਨਾ ਗਲਤ ਕੰਮ ਕੀਤੇ ਸੀਗੇ। ਫਿਰ ਉਹ ਬਾਅਦ 'ਚ ਕਹਿੰਦਾ ਨਾ ਤੂੰ ਜੇ ਉਹਨੇ ਰੋਇਆ ਮੈਂ ਭੂਤਾਂ ਬੁਲਾ ਲੜਦੀ ਹਾਂ। ਫਿਰ ਉਹਨੇ ਬਾਅਦ 'ਚ ਕਹਿੰਦਾ ਮੈਂ ਤੇਲ ਲੈ ਕੇ ਫਿਰ ਮੈਂ ਭੱਜ ਲਿਆ। ਅੱਛਾ, ਕਿਹਨੇ ਕੀਤਾ ਤੇਰੇ ਨਾਲ ਗਲਤ ਕੰਮ? ਕਾਲੇ ਨੇ, ਕਾਲਾ ਭਗਤ ਆ। ਕਾਲਾ ਭਗਤ ਆ? ਕਿੱਥੇ ਦਾ ਇਹ? ਰੁੜਕੇ ਦਾ। ਅੱਛਾ, ਤੇਰੀ ਬੱਚੇ ਉਮਰ ਕਿੰਨੀ ਆ? 10 ਸਾਲ 11ਵਾਂ ਲੱਗੇ ਹੋਇਆ। 10 ਸਾਲ ਦਾ? ਅੱਛਾ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਰੇਖਾ ਜੀ। ਰੇਖਾ, ਮੇਰੇ ਬੱਚੇ ਦੀ ਉਮਰ 11 ਸਾਲ ਆ ਜੀ। ਹਾਂਜੀ। ਜਦ ਮੈਂ ਉਹਨਾਂ ਦੇ ਘਰੋਂ ਪੁੱਛਣ ਗਿਆ, ਮੇਰਾ ਬੱਚਾ ਰੋਂਦੋ ਹੀ ਆਇਆ ਬਗੈਰ ਕਪੜੇ ਤੋਂ। ਹਾਂਜੀ। ਜਦ ਮੈਂ ਉਹਨਾਂ ਦੇ ਪੁੱਛਣ ਗਿਆ, ਉਹਨਾਂ ਨੇ ਮੈਨੂੰ ਥੱਪੜ ਮਾਰਿਆ। ਕਿੰਨਾ ਨੇ ਜੀ? ਜਿਨ੍ਹਾਂ ਦੇ ਘਰੇ ਪੁੱਛਣ ਗਿਆ, ਕਾਲਾ ਭਗਤ ਦੇ ਘਰੇ। ਕਾਲੇ ਭਗਤ ਦੇ ਘਰੇ? ਹਾਂਜੀ। ਅੱਛਾ ਜੀ, ਉਸ ਵੱਲੋਂ ਬੱਚੇ ਨਾਲ ਗਲਤ ਹਰਕਤ ਕੀਤੀ ਗਈ? ਹਾਂਜੀ, ਬੱਚਾ ਮੇਰਾ ਨੰਗਾ ਹੀ ਆਇਆ ਸੀ ਉਹਨਾਂ ਦੇ ਘਰ, ਰੋਂਦਾ ਹੀ, ਫਿਰ ਰੋ ਰੋ ਕੇ ਮੇਰਾ ਬੱਚੇ ਨੇ ਮੈਨੂੰ ਦੱਸਿਆ। ਜਦ ਮੈਂ ਪੁੱਛਣ ਗਿਆ, ਉਹਨੇ ਮੈਨੂੰ ਥੱਪੜ ਮਾਰਿਆ। ਤੇ ਹੁਣ ਤੁਸੀਂ ਇਸ ਸਬੰਧ 'ਚ ਪੁਲਿਸ ਕੋਲ ਕੰਪਲੇਂਟ ਕੀਤੀ ਜੀ? ਹਾਂਜੀ, ਹੁਣ ਕਰਤੀ ਕੰਪਲੇਂਟ, ਉਹ ਹੁਣ ਉਹਨੂੰ ਚੁੱਕਣ ਗਏ।